ਅਕਲ ਆਇਆ ਜੀ ਜੀ ਅੱਜ ਸਾਡੀ ਇੱਕ ਕੋਆਰਡੀਨੇਟਡ ਐਕਸਰਸਾਈਜ਼ ਅਕਰੋਸ ਪੰਜਾਬ ਜਿਹੜੀ ਹੈਗੀ ਮਾਨਯੋਗ ਸਾਹਿਬ ਪੰਜਾਬ ਅਤੇ ਸਪੈਸ਼ਲੀ ਲੋਅ ਐਂਡ ਆਰਡਰ ਦੇ ਡਾਇਰੈਕਸ਼ਨਸ 'ਤੇ ਚਲਾਈ ਵੀ ਹੈਗੀ ਇਨ ਵਿਊ ਆਫ ਜਿਹੜੇ ਅਪਕਮਿੰਗ ਆਪਣੇ ਪਾਰਲੀਮੈਂਟਰੀ ਇਲੈਕਸ਼ਨ ਹੈਗੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਸਟੇਟ ਬੋਰਡਰ ਸੀਲ ਕਰਕੇ ਖਾਸ ਚੈਕਿੰਗ ਮੁਹਿੰਮ 8 ਤੋਂ ਲੈ ਕੇ 2 ਵਜੇ ਤੱਕ ਚੱਲ ਰਹੀ ਹੈ ਜਿਹਦੇ ਵਿੱਚ ਆਪਾਂ ਨੂੰ ਹੁਸ਼ਿਆਰਪੁਰ 'ਚ 11 ਪੁਆਇੰਟਸ 'ਤੇ ਇੰਟਰਸਟੇਟ ਨਾਕਿਆਂ 'ਤੇ ਨਾਕੇ ਲਾਏ ਹੈਗੇ ਅਤੇ ਸਪੈਸ਼ਲ ਚੈਕਿੰਗ ਚੱਲ ਰਹੀ ਹੈਗੀ ਇਹਦੇ ਵਿੱਚ ਜਿਹੜੀ ਹੈਗੀ ਉਹ ਦੋਨੋਂ ਹਿਮਾਚਲ ਅਤੇ ਪੰਜਾਬ ਪੁਲਿਸ ਦੋਨੋਂ ਮਿਲ ਕੇ ਆਪਸ 'ਚ ਜੁਆਇੰਟ ਨਾਕਾ ਜਿਹੜੇ ਹੈਗੇ ਉਹ ਲਾਏ ਹੈਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਆਪਣੇ ਉਹਨਾਂ ਡਿਸਟ੍ਰਿਕਟ ਤੋਂ ਜੋਗਿੰਚਾ ਸਾਹਿਬ ਅਤੇ ਇੱਧਰ ਆਪਣੇ ਡੀ ਐੱਸ ਪੀ ਸਾਹਿਬ ਅਤੇ ਐੱਸ ਐੱਚ ਓ ਦੇ ਉਹ ਸਾਰੇ ਹੈਗੇ ਅਤੇ ਸਾਰੇ 11 ਪੁਆਇੰਟ ਆਪਣੇ ਜਿਹੜੇ ਹੈਗੇ ਉਹਨਾਂ 'ਤੇ ਨਾਕਾਬੰਦੀ ਚੱਲ ਰਹੀ ਹੈਗੀ ਇਸੇ ਤਰ੍ਹਾਂ ਬਾਰਿਕ ਬਾਕੀ ਪੂਰੇ ਥਾਂ 'ਤੇ ਵੀ ਚੱਲ ਰਹੀ ਹੈਗੀ ਮਕਸਦ ਜਿਹੜਾ ਹੈਗਾ ਆਪਣਾ ਹੈਗਾ ਕਿ ਇਲੀਗਲ ਸਮਗਲਿੰਗ ਸ਼ਰਾਬ ਦੀ ਸਮਗਲਿੰਗ ਆਪਣਾ ਡਰੱਗਸ ਦੀ ਸਮਗਲਿੰਗ ਜਾਂ ਕੋਈ ਹੋਰ ਇਲੀਗਲ ਐਕਟੀਵਿਟੀ ਇਲੈਕਸ਼ਨ ਤੋਂ ਰਿਲੇਟਡ ਕੋਈ ਫਰੀ ਬੀਜ ਵਗੈਰਾ ਕੋਈ ਜਿਹੜਾ ਚੁਣਾਵਾਂ 'ਚ ਜਿਹਨੂੰ ਮਿਸਯੂਜ਼ ਕੀਤਾ ਜਾ ਸਕਦਾ ਹੈਗਾ ਉਹਦਾ ਮੂਵਮੈਂਟ ਕਿਤੇ ਵੀ ਹੋ ਰਿਹਾ ਹੋਵੇ ਚਾਹੇ ਹਿਮਾਚਲ ਤੋਂ ਪੰਜਾਬ 'ਚ ਆ ਰਿਹਾ ਹੋਵੇ ਜਾਂ ਪੰਜਾਬ ਤੋਂ ਹਿਮਾਚਲ 'ਚ ਜਾ ਰਿਹਾ ਹੋਵੇ ਜਾਂ ਜਿਹੜਾ ਕ੍ਰਿਮੀਨਲ ਹੈਗਾ ਕੋਈ ਸ਼ਰਾਰਤੀ ਅਨਸਰ ਉਹ ਮੂਵਮੈਂਟ ਕਰ ਰਿਹਾ ਹੈਗਾ ਕੋਈ ਐਸਕੇਪ ਕਰਨ ਵਾਸਤੇ ਹਾਈਡ ਆਊਟ ਵਾਸਤੇ ਅਤੇ ਉਹਨਾਂ ਦੀ ਬਾਲ 'ਚ ਇੱਕ ਡੈਟਰੈਂਟ ਇਫੈਕਟ ਕਰਨ ਵਾਸਤੇ ਡੈਟਰੈਂਟ ਇਫੈਕਟ ਵਾਸਤੇ ਜਿਹੜਾ ਹੈਗਾ ਆਹ ਸਾਡੇ ਨਾਕਾਬੰਦੀ ਚੱਲ ਰਹੀ ਹੈ ਅਤੇ ਇਹਦੇ ਵਿੱਚ ਕਾਫੀ ਸਾਰੇ ਵਹੀਕਲ ਚੈੱਕ ਕੀਤੇ ਗਏ ਹਨ ਕੁਛ ਰਿਕਵਰੀ 'ਚ ਵੀ ਜਿਹੜੀ ਹੈਗੀ ਉਹ ਤੁਹਾਨੂੰ ਅਪਡੇਟ ਕਰਾਂਗੇ ਅਸੀਂ 2 ਵਜੇ ਬਾਅਦ ਅਤੇ ਕੁਛ ਵਹੀਕਲ 'ਤੇ ਇੰਪਾਊਂਡ ਵੀ ਕੀਤੇ ਗਏ ਹੈਗੇ ਕੁਛ ਬੰਦੇ ਵੀ ਜਿਹੜੇ ਹੈਗੇ ਸ਼ੱਕੀ ਰਾਊਂਡ ਅਪ ਕਰਕੇ ਫਰਦਰ ਵੈਰੀਫਾਈ ਕੀਤੇ ਜਾ ਰਹੇ ਹਨ ਅਤੇ ਉਹ ਸਾਰਾ ਚੱਲ ਰਿਹਾ ਹੈਗਾ ਸਾਰਾ ਅਤੇ ਕੋਆਰਡੀਨੇਟਡ ਓਪਰੇਸ਼ਨ ਹੈਗਾ ਜਿਹਦੇ ਵਿੱਚ ਹਿਮਾਚਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਅਤੇ ਕਾਂਗੜਾ ਡਿਸਟ੍ਰਿਕਟ ਦੇ ਜਿਹੜੇ ਬੋਰਡਰਿੰਗ ਐੱਸ ਐੱਚ ਓ ਡੀ ਐੱਸ ਪੀ ਹੈਗੇ ਉਹਨਾਂ ਦੇ ਨਾਲ ਹੁਸ਼ਿਆਰਪੁਰ ਦੇ ਡੀ ਐੱਸ ਪੀ ਐੱਸ ਐੱਚ ਓ ਮਿਲ ਕੇ ਜਿਹੜੇ ਹੈਗੇ ਨਾਕੇ ਲਾ ਰਹੇ ਹੈਗੇ ਅਤੇ ਇਹਦੇ ਵਿੱਚ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਅਤੇ ਜਿਹੜੇ ਆਪਣੇ ਪਾਰਲੀਮੈਂਟ ਇਲੈਕਸ਼ਨ ਹੈਗੇ ਆ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪ ਕਾਰਵਾਈ ਚੱਲ ਰਹੀ ਸਰ ਇੱਕ ਦਿਨ ਦਾ ਹੀ ਹੈ ਜਾਂ ਕੰਟੀਨਿਊ ਚੱਲੇਗਾ ਰੈਂਡਮ ਸਾਡੀ ਆਪਣੀ ਐਕਸਰਸਾਈਜ਼ ਹੁੰਦੀ ਹੈਗੀ ਜਿੱਦਾਂ ਅੱਜ ਪੂਰੇ ਸਟੇਟ 'ਚ ਹੋਇਆ ਹੈਗਾ ਬਾਕੀ ਆਪਣੇ ਨਾਕੇ ਜਿਹੜੇ ਹੈਗੇ ਉਹ 24 ਘੰਟੇ ਚੱਲ ਰਹੇ ਹੈਗੇ ਬਟ ਉੱਥੇ ਇੱਕ ਲਿਮਿਟਡ ਤਾਦਾਦ 'ਚ ਫੋਰਸ ਤੈਨਾਤ ਹੁੰਦੀ ਹੈਗੀ ਜਿੱਦਾਂ ਸਾਡੇ 24 ਘੰਟੇ ਦੇ ਨਾਕੇ 'ਚ 4 ਬੰਦੇ ਹੁੰਦੇ ਹੈਗੇ ਆਹ ਜਿਹੜੇ ਆਪਣੇ ਇਸ ਨਾਕੇ 'ਤੇ 15 ਤੋਂ ਜ਼ਿਆਦਾ ਮੁਲਾਜ਼ਮ ਆਪਣੇ ਤੈਨਾਤ ਹੈਗੇ ਅਤੇ ਸਪੈਸ਼ਲ ਚੈਕਿੰਗ ਉਸ ਟਾਈਮ 'ਚ ਹਰ ਵਹੀਕਲ ਦੀ ਚੈਕਿੰਗ ਨਹੀਂ ਹੋ ਪਾਉਂਦੀ ਹੈਗੀ ਬਟ ਆਹ ਜਿਹੜੀ ਹੈਗੀ ਖਾਸ ਚੈਕਿੰਗ ਹੈਗੀ 'ਚ ਹਰ ਬੰਦੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਸਾਰੀ ਚੀਜ਼ਾਂ ਜਿਹਨੂੰ ਤੁਸੀਂ ਦੇਖ ਰਹੇ ਹੋ ਗੱਡੀਆਂ ਦੀ ਬੱਸਾਂ ਦੀ ਸਾਰਿਆਂ ਦੀ ਚੈਕਿੰਗ ਚੱਲ ਠੀਕ ਹੈ ਥੈਂਕ ਯੂ